أعوذ بالله من الشيطان الرجيم، بسم الله الرحمن الرحيم، السلام عليكم ورحمة الله وبركاته. تاني تو سلام كنا بغناش السلام عليكم ادھر السلام عليكم سيدي سيدي اسي سيدي اسي السلام عليكم ادھر ادھر تو امید کردا میرے بہن بھائی صاحب ٹھیک ہون گے الحمدللہ بہن بھائی صاحب ٹھیک ہیں دعاؤں نے تے ਅੱਜ ਮਸੀਹ ਦੇ ਜਿੰਮੇ ਦਿਨ ਰੈਸਟ ਆ ਕਿਉਂਕਿ ਰੈਸਟ ਜਿੰਮੇ ਵਾਲੇ ਦਿਨ ਨੇ ਮੈਂ ਕੰਮ 'ਤੇ ਨਹੀਂ ਜਾਂਦਾ ਨਾ ਕਿਉਂ ਅਕਸਰ ਨਹੀਂ ਚਾਹੀਦਾ ਕਦੀ ਕਿਤੇ ਕੋਈ ਮਜਬੂਰੀ ਹੋਵੇ ਤਾਂ ਫਿਰ ਅਲੱਗ ਗੱਲ ਅੱਜ ਘਰ ਸਾਰੇ ਬੱਚੇ ਦਾ ਸਾਥ ਰਹੇ ਹਾਂ ਹਾਂਜੀ ਤਨਿਸ਼ ਕਿਵੇਂ ਤਨਿਸ਼ ਕੀ ਕਰ ਰਹੇ ਕੀ ਕਰ ਰਹੇ ਕੀ ਕਰ ਰਹੇ ਉਹ ਨਾਇਆ ਪਿੰਗੀ 'ਚ ਬਾਹਰ ਹੀ ਆ ਗਈ ਨਾਇਆ ਨੂੰ ਪਿੰਗੀ 'ਚ ਪਾਓ ਤਾਂ ਪਤਾ ਅਤੇ ਇਨਸ਼ਾ ਅੱਲਾ ਨਵੇਂ ਲੋਕ ਆ ਜਾਏ ਤਾਂ ਸ਼ੁਰੂ ਕਰਾਂਗੇ ਇਨਸ਼ਾ ਅੱਲਾ ਆਪਾਂ ਕਰਦੇ ਰਹੇ ਅਤੇ ਸਾਡੇ ਅੱਜ ਦੇ ਵੀ ਲੋਕ ਦੇ ਨਾਲ ਹੀ ਰਹੀ ਹੋ ਜੀ ਬਹਿਣ ਭਾਈ ਅਲਹਮਦੁਲਿਲਾ ਮੈਂ ਆਇਆ ਸੀ ਵੱਡੀ ਅੰਮੀ ਕੋਲ ਆਇਆ ਸੀਗਾ ਯਾਨੀ ਕਿ ਵੱਡੀ ਮਾਸੀ ਕੋਲ ਜਿਹਨੂੰ ਅਸੀਂ ਆਪਣੀ ਬੜੀ ਅੰਮੀ ਆਖੀਦਾ ਠੀਕ ਹੈ ਅਤੇ ਦੇਖੋ ਕਿ ਦਿਹਾਤ ਦਾ ਮਾਹੌਲ ਹੈ ਅਤੇ ਬੜਾ ਹੀ ਪੁਰਸਕੂਨ ਆ ਸਕੂਨ ਸਕੂਲ ਘਰ ਅੰਮੀਆਂ ਨੇ ਡੇਰੀ ਲਗਾਈ ਸੀ ਬੋਰਡ ਲਗਾਇਆ ਹੋਇਆ ਛੋਟੇ ਛੋਟੇ ਦਰਖਤ ਲਗਾਏ ਹੋਏ ਯਾਨੀ ਕਿ ਘਰ ਵਿੱਚ ਬੜੀ ਛਾਂ ਰਹਿੰਦੀ ਹੈ ਅਤੇ ਬਾਕੀ ਕੈਮਰਾ ਬੈਕ ਕਰਦੇ ਹਾਂ ਹੁਣ ਅੰਮੀ ਨੂੰ ਬੈਠੇ ਅੰਦਰ ਮੁੰਡੇ ਬੈਠੇ ਗੱਪਾਂ ਲਗਾ ਰਹੇ ਆ ਕੈਮਰਾ ਬੈਕ ਕਰਦਾ ਕੈਮਰਾ ਬੈਕ ਕਰਕੇ ਤਾਂ ਅੰਮੀ ਇਨਸ਼ਾ ਅੱਲਾ ਸ਼ੇਅਰ ਕਰਾਂਗਾ ਕਿ ਅੰਮੀ ਨਹੀਂ ਆਏ ਸੀਗੇ ਅਤੇ ਮੈਂ ਉਹਨਾਂ ਨੂੰ ਕਾਰ ਛੋੜਨ ਵਾਸਤੇ ਆਇਆ ਸੀਗਾ ਯਾਰ ਦੇਖੋ ਅੰਮੀ ਨੂੰ ਨਾ ਕੜਾ ਪਾਣੀ ਦਾ ਭਰ ਕੇ ਰੱਖਿਆ ਪਾਂਦਾ ਪਾਣੀ ਪੀਣ ਵਾਸਤੇ ਨਾ ਮਿੱਟੀ ਦਾ ਕੜਾ ਵਾ ਪਾਣੀ ਪੀ ਸਭ ਪੀਣ ਵਾਸਤੇ ਕੜਾ ਰੱਖਿਆ ਹੋਇਆ ਇੱਥੋਂ ਪਾਣੀ ਪੀਂਦੇ ਅੰਮੀ ਨਹੀਂ ਘੜੇ ਵਿੱਚੋਂ ਕੜਾ ਭਰ ਕੇ ਰੱਖ ਲੈਂਦੇ ਆ ਅਤੇ ਇਹਦੇ ਵਿੱਚ ਪਾਣੀ ਪੀਂਦੇ ਰਹਿੰਦੇ ਆ ਘਰ ਬੇਰੀ ਲਗਾਈ ਅੰਮੀ ਨੇ ਅਤੇ ਦੇਖੋ ਬੋਰਡ ਵੀ ਘਰ ਲਗਾਇਆ ਹੋਇਆ ਛਾਂ ਵਾਸਤੇ ਹੋਰ ਵੀ ਘਰ ਛੋਟੇ ਛੋਟੇ ਦਰਖਤ ਲਗਾਏ ਹੋਏ ਆ ਇਹ ਕੁਕੜੂ ਅੰਡਾ ਦਿੱਤਾ ਲੱਗਦਾ ਇਹਨਾਂ ਅੰਡਾ ਦਿੱਤਾ ਆ ਤਾਂ ਬੈਠੀ ਕੁਕੜੀ ਨੇ ਨਾ ਇੱਥੇ ਅੰਡਾ ਦਿੱਤਾ ਅੰਮੀ ਨੇ ਕੁਕੜੀਆਂ ਰੱਖੀਆਂ ਹੋਈਆਂ ਦੇਖੋ ਕਿੰਨਾ ਕਿੰਨਾ ਪਿਆਰਾ ਡੁੱਗੀ ਬੈਠਾ ਹੈ ਛੋਟੂ ਜੀ ਆ ਅਲਹਮਦੁਲਿਲਾ ਬਹਿਣ ਵੀ ਅੰਮੀ ਨਾ ਘਰੋਂ ਹੋ ਕੇ ਅਤੇ ਮੈਂ ਜਾ ਰਿਹਾ ਵਾਪਸ ਘਰ ਨੂੰ ਅਤੇ ਦੇਖੋ ਕਿ ਸ਼ਾਮ ਪੈਂਦੀ ਜਾ ਰਹੀ ਆ ਅਤੇ ਸੂਰਜ ਵੀ ਗਰੂਬ ਹੋਣ ਵਾਲਾ ਵਾ ਅਤੇ ਕਪਾਹ ਵੀ ਮਾਸ਼ਾਅੱਲਾ ਐਸਿਡ ਦੀ ਅੱਛੀ ਹੋ ਰਹੀ ਆ ਅਤੇ ਤੋੜ ਤੋੜ ਜਿਹੜਾ ਰਸਤਾ ਵਾ ਉਹ ਹੈਗਾ ਕੱਚਾ ਯਾਨੀ ਕਿ ਕੱਚਾ ਰਸਤਾ ਵਾ ਇਹ ਜ਼ਿਮੀਂਦਾਰ ਕਿਸਾਨ ਬਾਈਆਂ ਨੇ ਆਪਣੀਆਂ ਜ਼ਮੀਨਾਂ ਵਿੱਚ ਆਉਣ ਵਾਸਤੇ ਰਸਤਾ ਛੋੜਿਆ ਹੋਇਆ ਅਤੇ ਅਸੀਂ ਇਹਨੂੰ ਸ਼ਾਰਟਕੱਟ ਆਪਣੇ ਘਰ ਨੂੰ ਜਾਣ ਵਾਸਤੇ ਇਸਤੇਮਾਲ ਕਰ ਲਈਦਾ ਅਤੇ ਮਾਸ਼ਾਅੱਲਾ ਦੇਖੋ ਪਿੰਡ ਦਾ ਵਿਊ ਦੇਖੋ ਸ਼ਾਮ ਟਾਈਮ ਦਾ ਦੇਖੋ ਕਿ ਜੇ ਇਹ ਅੱਗ ਦਾ ਗੋਲਾ ਕਿਸ ਤਰ੍ਹਾਂ ਸੂਰਜ ਕਿਸ ਤਰ੍ਹਾਂ ਦਾ ਨਜ਼ਰ ਆ ਰਿਹਾ ਇਤਨਾ ਬੜਾ ਸੂਰਜ ਨਜ਼ਰ ਆ ਰਿਹਾ ਠੀਕ ਹੈ ਸ਼ਾਮ ਟਾਈਮ ਜਿਵੇਂ ਗਰੂਬ ਬੰਦਾ ਤਾਂ ਬਿਲਕੁਲ ਬਹੁਤ ਬੜਾ ਫਿਰ ਨਜ਼ਰ ਆਉਂਦਾ ਵਾ ਅਤੇ ਕਿਸਾਨ ਬਾਈਆਂ ਨੇ ਫਸਲਾਂ ਨੂੰ ਪਾਣੀ ਲਗਾਇਆ ਹੈ ਅਤੇ ਇੱਧਰ ਰੂੜੀ ਵਗੈਰਾ ਵੀ ਖਿਲਾਰੀ ਹੋਈ ਹੈ ਉਸ ਤੋਂ ਬਾਅਦ ਮੂੰਗਾ ਵੀ ਮਾਸ਼ਾਅੱਲਾ ਅੱਛਾ ਹੋ ਰਿਹਾ ਵਾ ਨਹਿਰ 'ਤੇ ਚੜ੍ਹੇ ਹਾਂ ਨਹਿਰ ਤੋਂ ਕ੍ਰੋਸ ਕਰਾਂਗੇ ਸਿੱਧੇ ਘਰ ਨੂੰ ਅਤੇ ਨਹਿਰ 'ਤੇ ਵੀ
ਪਾਣੀ ਮਸਲਾ ਨਹਿਰ ਦੀ ਨਹਿਰ ਜਿਹੜੀ ਪਾਣੀ ਨਾਲ ਫੁੱਲ ਜਾ ਰਹੀ ਹੈ, ਫੁੱਲ ਬੜਾ ਫੁੱਲ, ਅਤੇ ਨਾਲ ਜਿਹੜੇ ਕਿਸਾਨ ਬਈ ਜਿਨ੍ਹਾਂ ਨੇ ਨਾਲ ਜ਼ਮੀਨਾਂ ਵਾਹੀਆਂ ਹੋਈਆਂ ਉਹਨਾਂ ਨੇ ਆਪਣੇ ਜਾਨਵਰ ਵਗੈਰਾ ਵੀ ਨਹਾਉਣ ਵਾਸਤੇ ਵਿੱਚ ਛੱਡੇ ਹੋਏ, ਉਹ ਅੱਗੇ ਜਾ ਕੇ ਨਾ, ਲੇਕਿਨ ਉਹਨਾਂ ਨੂੰ ਮੈਂ ਵਿੱਚ ਨਹੀਂ ਪਾਵਾਂਗਾ, ਠੀਕ ਹੈ। ਅਤੇ ਬਾਕੀ ਅੱਲਾ ਪਾਕ ਕਰ ਕਰੇ, ਬਾਕੀ ਵੀ ਲੋਕ ਤੁਹਾਨੂੰ ਇਨਸ਼ਾਅੱਲਾ ਜ਼ਰੂਰ ਸ਼ੇਅਰ ਕਰਾਂਗੇ। ਵੀ ਦੇਖੋ ਕਿ ਆਸ ਹੀ ਤੁੜੀ, ਅੱਜ ਬਾਹਰੋਂ ਆਪਣੀ ਫਰੈਸ਼ ਆਪਣੀ ਫਰੈਸ਼ ਸਬਜ਼ੀ ਤੁੜੀ ਹੈ। ਦੇਖੋ ਇੰਨੀਆਂ ਮਤਲਬ ਖਰਾਬ ਨਿਕਲੀਆਂ, ਪੱਕੀਆਂ। ਅੱਛਾ ਇਹ ਪੱਕੀਆਂ? ਹਾਂਜੀ, ਯਾਨੀ ਕਿ 2-4-6 ਭਿੰਡੀ ਪੱਕੀ ਨਿਕਲੀਆਂ। ਹਾਂਜੀ, 2 ਬੈਂਗਣ ਮਸਲ। ਅੱਛਾ ਠੀਕ ਹੈ, 6 ਭਿੰਡੀਆਂ, ਪਿਆਜ਼ ਵੀ 4 ਪਾਈ ਜਾਣਾ। ਬੜਾ ਅੱਲਾ ਸ਼ੁਕਰ ਆ, ਬੜਾ ਮਜ਼ਾ ਆਏਗਾ ਮਕਾਨ ਦਾ। ਹਾਂਜੀ, ਆ ਪਿਆਜ਼ ਤੇ ਪਿਆਜ਼ਾਂ ਦੀ ਮਸਾਲਾ ਬਣਾ ਲੈਣਾ। ਪਿਆਜ਼ਾਂ ਦੀ ਪਰਲੀ ਟੋਕਰੀ ਮਰੀਮ ਨੇ, ਟੋਕਰੀ ਵੀ ਥੋੜੀ ਆ, ਹਲੇ ਵੀ ਥੋੜੇ ਆ, ਥੋੜੀ ਆ ਚਲੇ ਵੀ ਨਾ ਕਰੋ। ਚਲੋ 2 2 ਚਲੋ ਟਾਈਮ ਤਾਂ ਲੰਘੇਗਾ ਨਾ। 2 ਫਰੈਸ਼ ਬੈਂਗਣ, ਭਿੰਡੀਆਂ, ਮਿਰਚਾਂ ਹਲੀਆਂ ਹਰੀਆਂ, ਨਾਲ ਪਿਆਜ਼। ਚਲੋ ਬਣਾਓ ਫਿਰ ਇਨਸ਼ਾਅੱਲਾ, ਬਣਾਉਂਦੇ ਨਾਲ ਸ਼ੇਅਰ ਕਰੀਓ ਅਤੇ ਦਵਾ ਖਾਵਾਂਗੇ ਮਜ਼ੇ ਮਜ਼ੇ ਨਾਲ ਇਨਸ਼ਾਅੱਲਾ, ਠੀਕ ਹੈ। ਫਰੈਸ਼ ਸਬਜ਼ੀ ਮੈਂ ਕਹਿੰਦਾ ਬੜਾ ਮਜ਼ਾ ਕਰਦੀ ਹੈ। ਸਬਜ਼ੀ ਤੋਂ ਕਿਹਾ ਕਹਿੰਦੀ ਸੀ? ਹਾਂਜੀ, ਇਸੇ ਤਰ੍ਹਾਂ ਵਾਸ਼ ਕਰ ਲਿਆਂਦੀ ਸੀ। ਚਲੋ ਠੀਕ, ਕਿਉਂਕਿ 2 ਕੁ ਭਿੰਡੀਆਂ ਨੂੰ ਫਰਾਈ ਕੀ ਕਰਨਾ, ਪਿਆਜ਼ਾਂ ਦੇ ਨਾਲ ਹੀ ਕਰ ਲਾਂਗੇ। ਚਲੋ ਐਂ ਕਰ ਲਓ, ਬੈਂਗਣੀ ਵੀ ਵਿੱਚ ਹੀ ਆ, ਜੀ ਬੈਂਗਣੀ ਵੀ ਨਾਲ ਮਿਕਸ ਕਰ ਲੈਣੀ ਜੀ। ਦਵਾ ਇਹਨੂੰ ਬੈਂਗਣ ਕੱਢਣੇ, ਬੈਂਗਣ ਜਦੋਂ ਮਸਾਲਾ ਅੱਛੀ ਤਰ੍ਹਾਂ ਹੋ ਗਿਆ ਨਾ ਫਿਰ ਐਂਡ ਤੇ ਵਾਂਗ ਤੇ ਹਰੀਆਂ ਮਿਰਚਾਂ ਮੈਂ ਰੱਖ ਲਈਆਂ, ਇਹਨਾਂ ਨੂੰ ਤਿੰਨਾਂ ਚੀਜ਼ਾਂ ਨੂੰ ਅੱਛੀ ਤਰ੍ਹਾਂ ਫਰਾਈ ਕਰ, ਇਹਨੂੰ ਇੱਕ ਵਾਰ ਫਿਰ ਦੁਬਾਰਾ ਫਰੈਸ਼ ਕਰੀ ਵਿੱਚ ਪਾਈਓ, ਕਿਉਂਕਿ ਉੱਥੇ ਠੀਕ ਹੈ, ਦੁਬਾਰਾ ਫਿਰ ਫਰੈਸ਼ ਕਰੋ। ਤਨਿਸ਼, ਨਾਇਆ ਫਾਤਮਾ, ਉਹਦੇ ਬੇਟੀ ਉਰੇ ਆ, ਕਿਉਂ ਰੋ ਰਹੀ ਹੈ, ਕਿਉਂ ਰੋ ਰਹੀ? ਅੱਛਾ ਜੀ, ਅੱਗ ਮੈਂ ਜਲਾ ਲਈ, ਕੜਾਹੀ ਉੱਪਰ ਰੱਖ ਲਈ, ਸਮਾਨ ਨੂੰ ਕੋਰਾਰ ਕਰ ਲਏ, ਬੈਂਗਣ ਤੇ ਲੈਂਗ ਜਿਵੇਂ ਹੋਰ ਛੋਟ ਕਰਨੇ ਆ। ਅਤੇ ਸਭ ਤੋਂ ਪਹਿਲੇ ਭਿੰਡੀ, ਪਿਆਜ਼ ਔਰ ਹਰੀ ਮਿਰਚ ਨੂੰ ਫਰਾਈ ਕਰਨੀ, ਫਿਰ ਉਸ ਤੋਂ ਬਾਅਦ ਮਸਾਲਾ ਤਿਆਰ ਕਰਕੇ ਫਿਰ ਵਿੱਚ ਮਿਕਸ ਕਰਨੀ ਭਿੰਡੀ। ਅੱਛਾ ਜੀ, ਸਭ ਤੋਂ ਪਹਿਲੇ ਘੀ ਵਿੱਚ ਮਿਕਸ ਕਰ ਦੇਣੀ, ਘੀ ਵਿੱਚ ਮਿਕਸ ਕਰ ਦਿੱਤਾ, ਘੀ ਅੱਛੀ ਤਰ੍ਹਾਂ ਗਰਮ, ਨਾਲ ਉਹ ਵਿੱਚ ਪਾ ਦੂੰਗੀ ਭਿੰਡੀ, ਕਿਉਂਕਿ ਅੱਜ ਵੀ ਕੋਈ ਸ਼ੈ ਨਹੀਂ ਸੀ ਹੈ, ਰੋਜ਼ ਦੀ ਟੈਨਸ਼ਨ ਹੁੰਦੀ ਪਾਉਣ ਵਾਸਤੇ, ਉਹਦੇ ਵਿੱਚ ਮਿਕਸ ਕਰ ਦੇਣੀ, ਕੁਛ ਪਿਆਜ਼ ਮੈਂ ਕੱਟਿਆ, ਕੁਛ ਮੁਹੰਮਦ ਆਲੂ ਅਤੇ ਪਾਪਾ ਦਾਨਿਸ਼ ਲੱਗਾ ਹੋਇਆ ਵਾ ਪੜੋਲੇ ਖੜਕਾਉਣ, ਬੜਾ ਤੰਗ ਕਰਦਾ। ਮੁਹੰਮਦਾਂ ਦੇ ਪਾਪਾ ਲੱਗੇ ਆ, ਨਾਇਆ ਫਾਤਮਾ ਨੂੰ ਝੂਟੇ 'ਤੇ ਪੰਖਾ ਲਾਇਆ ਹੋਇਆ, ਕਿ ਤੰਗ ਕਰਦੀ ਸੀ ਉਹਨੂੰ ਸਲਾਇਆ ਵਾ, ਦਾਨਿਸ਼ ਤਾਂ ਪੜੋਲਾ ਭੰਨਣ ਲੱਗਾ ਆ, ਉਹਨੂੰ ਤਾਂ ਪਾਪਾ ਆਵਾਜ਼ਾਂ ਮਾਰਨ ਦਿਆ, ਦਰਵਾਜ਼ੇ ਭੰਨੂਗਾ, ਕਮਰੇ ਦੀ ਕੁੰਡੀ ਲਾ ਲੈਂਦਾ ਹੁੰਦਾ ਵਾ, ਅੰਦਰ ਵੜ ਕੇ ਆ ਗਿਆ। ਐਸ਼ਾ ਭੈਣ ਚਾਰ ਪਾਈਆਂ ਨਾਲ ਨਿਕਾਲੀ ਜਾ ਰਹੀ ਹੈ, ਮੈਂ ਖਾਣਾ ਤਿਆਰ ਕਰ ਲਵਾਂ, ਤੁਸੀਂ ਚਾਰ ਪਾਈਆਂ ਜਿਹੜੀਆਂ ਨਿਕਾਲ। ਅੱਛਾ ਜੀ, ਪਿਆਜ਼ ਹੋ ਜਾਂਦੇ ਅੱਛੀ ਤਰ੍ਹਾਂ ਬਰਾਊਨ, ਫਰਾਈ ਕਰ ਲੈਣੀ, ਫਿਰ ਉਸ ਤੋਂ ਬਾਅਦ ਗੋਲਡ ਮਸਾਲਾ ਵਿੱਚ ਮਿਕਸ ਕਰੋ। ਅੱਛਾ ਜੀ, ਪਿਆਜ਼ ਬਰਾਊਨ ਹੋ ਚੁੱਕੇ ਆ, ਬਹੁਤ ਜ਼ਿਆਦਾ ਬਰਾਊਨ ਨਾ ਹੋ ਜਾਵੇ। ਅੱਛਾ ਜੀ, ਨਾਲ ਹੀ ਮਿਕਸ ਕਰ ਦੇਣਾ ਗੋਲਡ ਮਸਾਲੇ, ਰੈਡ ਮਿਰਚ ਪਾਊਡਰ, ਅਤੇ 4 ਪਿਆਜ਼ ਸੀਗੇ, 2 ਬੈਂਗਣ ਸੀਗੇ, ਅਤੇ 6 ਭਿੰਡੀਆਂ ਸੀਗੀਆਂ, ਕੁਛ ਖਰਾਬ ਨਿਕਲੇ।
ਮਗਰਬ ਦੀ ਅਜ਼ਾਨ ਵੀ ਹੋ ਰਹੀ ਹੈ। ਮਸਾਲਾ ਹੋ ਜਾਂਦਾ ਫਰਾਈ, ਫਿਰ ਉਸ ਤੋਂ ਬਾਅਦ ਇਹ ਦੋ ਬੈਂਗਣ ਉਹ ਵਿੱਚ ਮਿਕਸ ਕਰਾਂਗੇ। ਅਤੇ ਅੱਲਾ ਦਾ ਸ਼ੁਕਰ ਆ, ਅੱਲਾ ਤਿੰਨ ਟਾਈਮ ਦਿੰਦਾ ਸਾਨੂੰ ਦਿੰਦਾ। ਅਤੇ ਉਹ ਵੀ ਹੈ ਨਾ, ਜਿੰਨਾ ਕੋਈ ਇੱਕ ਟਾਈਮ ਦੀ ਰੋਟੀ ਹੈ ਤਾਂ ਇੱਕ ਟਾਈਮ ਦੀ ਰੋਟੀ ਪਕਾਉਂਦਾ ਅੱਲਾ ਉਹਨਾਂ ਨੂੰ। ਇਨਸ਼ਾ ਅੱਲਾ ਅੱਲਾ ਸਭ ਨੂੰ ਸ਼ਾਮ ਪੈਣ ਵਾਲੀ ਚਾਰ ਪਹੀਆਂ ਕੱਢ ਲੈਣੀਆਂ। ਐਸ਼ਾ ਭੈਣ ਨੂੰ ਕਹਿਣਾ ਆਟਾ ਗੁੰਦੂਗੀ, ਅਤੇ ਇੱਥੇ ਮਸਾਲਾ ਹੁੰਦਾ ਫਰਾਈ, ਅਤੇ ਮੈਂ ਨਾਲ ਹੀ ਇੱਥੇ ਰੋਟੀ ਬਣਾ ਲੈਣੀ। ਅੱਛਾ ਜੀ, ਨਾਲ ਹੀ ਬੈਂਗਣ ਵਿੱਚ ਮਿਕਸ ਕਰ ਦੇਣੀ, ਕੱਟ ਕਰ ਲਿਆ। ਮਗਰਬ ਦੀ ਅਜ਼ਾਨਾਂ ਸ਼ੁਰੂ ਹੋ ਗਈਆਂ, ਨਾਲ ਕੰਮ ਕਰਦੇ, ਨਾਲ ਮਗਰਬ ਦੀ ਅਜ਼ਾਨ ਸੁਣ। ਅੱਛਾ ਜੀ, ਹਾਂਡੀ ਦੇਖਦੇ ਮਸ਼ਲਾਤ ਕਿੱਥੇ ਤਾਈਂ ਪਹੁੰਚੀ। ਹਾਂਡੀ ਹੋ ਚੁੱਕੀ ਮੇਰੀ ਤਿਆਰ, ਅਜ਼ਾਨ ਵੀ ਮਸ਼ਲਾਤ ਸੁਣ ਲਈ, ਖਾਣਾ ਵੀ ਤਿਆਰ ਹੋ ਗਿਆ, ਅਤੇ ਹੁਣ ਰਹਿ ਗਈ ਰੋਟੀ। ਅੱਛਾ ਜੀ, ਇੱਥੇ ਕਰਦੇ ਵੀਡੀਓ ਦਾ ਐਂਡ। ਅਗਰ ਵੀਡੀਓ ਮੇਰੇ ਭੈਣ ਭਾਈਆਂ ਨੂੰ ਪਸੰਦ ਆਵੇ, ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਸਾਨੂੰ ਜ਼ਰੂਰ ਜ਼ਰੂਰ ਦੱਸਿਓ। ਆਪਣੀਆਂ ਦੁਆਵਾਂ ਸਾਨੂੰ ਬਹੁਤ ਸਾਰਾ ਯਾਦ ਰੱਖਿਓ, ਅਸੀਂ ਦੁਆਈਂ ਯਾਦ ਰੱਖਾਂਗੇ, ਫਿਰ ਮਿਲਾਂਗੇ। ਮੁਹੰਮਦ ਅਹਿਮਦ ਪਾਪਾ ਬਾਲਾਂ ਦੇ ਪਾਪਾ, ਕਬੂਤਰ ਵੀ ਵੜ ਵੁੜ ਗਿਆ ਆਪਣੇ ਆਪਣੇ। ਅਨਾਇਨ ਮੈਂ ਝੱਲੀ ਜੀ ਕੱਢ ਕੇ ਪਾਉਂਦੀ, ਹਨੇਰਾ ਹੋ ਚੁੱਕਿਆ ਵਾ। ਮੁਹੰਮਦ ਆਉਂਦੇ ਪਾਪਾ ਹਨ ਦਾਨਿਸ਼ ਨੂੰ ਲੈ ਕੇ ਪਏ ਹੋਏ ਆ। ਦਾਨਿਸ਼ ਅਨਾਇ ਫਾਤਮਾ ਨੂੰ ਬਾਹਰ ਕੱਢ ਕੇ ਨਿਕਾਲ ਕੇ ਪਾਉਂਦੀ ਹਾਂ, ਪਰੇਸ਼ਾਨ ਹੋ ਗਈ ਆ। ਹਾਂਜੀ, ਰੋਟੀ ਰਹਿ ਗਈ। ਹਾਂਜੀ ਹਾਂਜੀ, ਕਿਉਂਕਿ ਸ਼ਾਮ ਟਾਈਮ ਬੱਚਾ ਕੱਢਦਾ ਹੀ ਨਹੀਂ ਚਾਹੀਦਾ, ਅਤੇ ਜਲਦੀ ਜਲਦੀ ਕਰ ਲੈਣੀ। ਅਨਾਇ ਫਾਤਮਾ ਦੇਖੋ ਜੀ, ਸੁੱਤੀ ਪਈ, ਇਹਨੂੰ ਬਾਹਰ ਨਿਕਾਲ ਕੇ ਪਾਉਂਦੀ ਹਾਂ।